ਪੇਸ਼ੈਂਟ ਬਹੁਤ ਸੀਰੀਅਸ ਹੈਗਾ, ਮੈਨੂੰ ਬਲੱਡ ਲਾਉਣ ਦੀ ਹੁਣੀ ਲੋੜ ਹੈਗੀ, ਤੁਸੀਂ ਪੇਸ਼ੈਂਟ ਨੂੰ ਐਮਰਜੈਂਸੀ ਸ਼ਿਫਟ ਕਰੋ ਅਤੇ ਬਲੱਡ ਲਾ ਦਿਓ। ਠੀਕ, ਵੈਸੇ ਇਹਨਾਂ ਦਾ ਬਲੱਡ ਗਰੁੱਪ ਕੀ ਹੈਗਾ? ਡਾਕਟਰ ਸਾਹਿਬ ਬੀ ਨੈਗੇਟਿਵ ਹੈ ਜੀ। ਸਾਡੇ ਕੋਲ ਬਲੱਡ ਅਵੇਲੇਬਲ ਹੈਗਾ, ਸਿਸਟਰ ਇਹਨੂੰ ਜਲਦੀ ਲੈ ਜਾਓ। ਤੁਹਾਡਾ ਦਿੱਤਾ ਇੱਕ ਯੂਨਿਟ ਬਲੱਡ ਚਾਰ ਜ਼ਿੰਦਗੀਆਂ ਬਚਾ ਸਕਦਾ, ਪਤਾ ਕਿਵੇਂ? ਆਓ ਵੇਖਦੇ ਹਾਂ। ਡੋਨੇਟਿਡ ਬਲੱਡ ਵੇਨ ਟੂ ਵੇਨ ਭਾਵ ਡੋਨਰ ਤੋਂ ਮਰੀਜ਼ ਤੱਕ ਕਿੱਦਾਂ ਪਹੁੰਚਦਾ ਹੈ, ਇਹ ਸਫ਼ਰ ਬਹੁਤ ਰੋਚਕ ਸਫ਼ਰ ਹੈ। ਡਾਕਟਰ ਵੱਲੋਂ ਮਰੀਜ਼ ਲਈ ਖੂਨ ਦੀ ਡਿਮਾਂਡ ਆਉਣ 'ਤੇ ਇਸ ਟੈਸਟਿਡ ਅਤੇ ਸੁਰੱਖਿਅਤ ਖੂਨ ਨੂੰ ਮਰੀਜ਼ ਦੇ ਖੂਨ ਨਾਲ ਕ੍ਰੋਸ ਮੈਚ ਕਰਕੇ ਖੂਨ ਨੂੰ ਇੰਸੂਲੇਟਿਡ ਬਾਕਸ ਵਿੱਚ ਪਾ ਕੇ ਇਸ਼ੂ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਖੂਨਦਾਨੀ ਦੀ ਨਾੜ ਤੋਂ ਚੱਲ ਕੇ ਸਾਰੀ ਪ੍ਰਕਿਰਿਆ 'ਚੋਂ ਲੰਘਦਾ ਹੋਇਆ ਇਹ ਸੁਰੱਖਿਅਤ ਖੂਨ ਦੂਸਰੀ ਨਾੜ ਭਾਵ ਮਰੀਜ਼ ਨੂੰ ਲੱਗਣ ਲਈ ਜਾਂਦਾ ਹੈ। ਤੁਹਾਡੇ ਵੱਲੋਂ ਦਿੱਤੇ ਗਏ ਸਵੈ ਇੱਛਤ ਖੂਨ ਦਾ ਇੱਕ ਵੱਡਾ ਹਿੱਸਾ ਥੈਲੇਸੀਮੀਆ ਦੇ ਬੱਚਿਆਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਦੇ ਸਾਹ ਇਹਨਾਂ ਖੂਨ ਦੀਆਂ ਬੂੰਦਾਂ ਦੇ ਆਸਰੇ ਹੀ ਚੱਲਦੇ ਹਨ। ਦੂਸਰਾ ਵੱਡਾ ਹਿੱਸਾ ਗਰਭਵਤੀ ਔਰਤਾਂ ਲਈ ਮੁਹੱਈਆ ਕਰਵਾਇਆ ਜਾਂਦਾ ਹੈ ਅਤੇ ਬਾਕੀ ਦਾ ਖੂਨ ਸਰਜਰੀ, ਕੈਂਸਰ ਅਤੇ ਐਕਸੀਡੈਂਟਲ ਆਦਿ ਕੇਸਾਂ ਲਈ ਵਰਤਿਆ ਜਾਂਦਾ ਹੈ। ਫਿਊਚਰ ਦੇ ਵਿੱਚ ਬਲੱਡ ਦੀ ਵੱਧਦੀ ਡਿਮਾਂਡ ਨੂੰ ਮੁੱਖ ਰੱਖਦੇ ਹੋਏ ਵਲੰਟਰੀ ਬਲੱਡ ਡੋਨੇਸ਼ਨ ਮੂਵਮੈਂਟ ਨੂੰ ਇੱਕ ਮਾਸ ਮੂਵਮੈਂਟ ਦੇ ਵਿੱਚ ਬਦਲਣ ਦੀ ਜ਼ਰੂਰਤ ਹੈ, ਤਾਂ ਕਿ ਕਿਸੇ ਵੀ ਮਰੀਜ਼ ਦੀ ਜਾਨ ਖੂਨ ਦੀ ਕਮੀ ਕਰਕੇ ਜਾਇਆ ਨਾ ਜਾਵੇ। ਇਸ ਤਰ੍ਹਾਂ ਤੁਹਾਡਾ ਦਿੱਤਾ ਖੂਨ 3 ਤੋਂ 4 ਜ਼ਿੰਦਗੀਆਂ ਬਚਾ ਕੇ ਹਨੇਰੇ ਘਰਾਂ ਵਿੱਚ ਰੋਸ਼ਨੀ ਕਰਦਾ ਹੈ। ਸੋ ਆਓ ਰਲ ਕੇ ਉਹਨਾਂ ਨੂੰ ਜ਼ਿੰਦਗੀ ਦੇਈਏ ਜੋ ਸਾਨੂੰ ਜ਼ਿੰਦਗੀ ਦਿੰਦੇ ਹਨ।